ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਖਾਲਸਾ ਜੀ, ਤੁਹਾਨੂੰ ਪਤਾ ਹੀ ਹੈ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਹਦੀ ਇੱਕ ਵਾਰ ਬਾਂਹ ਫੜ ਲੈਣ ਉਸ ਦਾ ਬੇੜਾ ਪਾਰ ਲਗਾ ਹੀ ਦਿੰਦੇ ਨੇ। ਚਾਹੇ ਉਹ ਇੱਕ ਇਨਸਾਨ ਹੋਵੇ, ਚਾਹੇ ਕੋਈ ਬਹੁਤ ਹੀ ਵੱਡਾ ਗਿਆਨੀ ਮਹਾਂਪੁਰਖ ਹੋਵੇ, ਅਤੇ ਚਾਹੇ ਕੋਈ ਕਮਲਾ ਭੋਲਾ ਜਿਹਾ ਜਿਹਨੂੰ ਕੁਝ ਵੀ ਪਤਾ ਨਾ ਹੋਵੇ। ਪਰ ਖਾਲਸਾ ਜੀ, ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਭੋਲੇ ਤਾਂ ਬਹੁਤ ਘੱਟ ਹੀ ਲੱਗਦੇ ਮਿਲਦੇ ਨੇ। ਬਹੁਤ ਹੀ ਸਮਝਦਾਰ ਦੁਨੀਆ ਬੈਠੀ ਹੈ ਇੱਥੇ। ਅੱਜ ਅਸੀਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਇੱਕ ਭੈਣ ਨੇ ਜੋ ਸਾਨੂੰ ਹੱਡ ਬੀਤੀ ਸੁਣਾਉਣਾ ਕੀਤੀ ਹੈ, ਉਹ ਤੁਹਾਨੂੰ ਅੱਜ ਸੁਣਾਵਾਂਗੇ ਖਾਲਸਾ ਜੀ। ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਖਾਲਸਾ ਜੀ, ਇੱਕ ਭੈਣ ਖਾਲਸਾ ਜੀ, ਉਹ ਕਹਿੰਦੇ ਕਿ ਵੀ ਮੈਨੂੰ ਮਤਲਬ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਹੈ, ਅਤੇ ਸਾਡੇ ਘਰ ਵਿੱਚ ਕੋਈ ਕਮੀ ਵੀ ਨਹੀਂ ਸੀ ਪੈਸੇ ਦੀ। ਦੀ ਧੰਨ ਧੰਨ ਬਾਬਾ ਦੀਪ ਸਿੰਘ ਨੇ ਬਹੁਤ ਕੁਛ ਦਿੱਤਾ। ਕਹਿੰਦੇ ਜਦੋਂ ਦੀ ਮੈਂ ਉਹਨਾਂ ਦੇ ਚਰਨੇ ਲੱਗੀ, ਮੈਂ ਉਹਨਾਂ ਦਾ ਲੜ ਫੜਿਆ ਨਾ, ਕਹਿੰਦੇ ਵੀ ਮੇਰਾ ਹਰੇਕ ਕੰਮ ਨਾ ਹੁੰਦਾ ਰਿਹਾ। ਕਹਿੰਦੇ ਸਗੋਂ ਜਦੋਂ ਮੈਂ ਨਾ ਟੈਨਸ਼ਨ ਲੈਣੀ ਕਿ ਮੇਰਾ ਆਹ ਕੰਮ ਰਹਿੰਦਾ ਹੈ, ਯਾਨੀ ਕਿ ਮੈਂ ਕੰਮਾਂ ਨੂੰ ਗਿਣਨਾ ਸ਼ੁਰੂ ਕਰਨਾ ਵੀ ਆਹ ਵੀ ਰਹਿੰਦਾ ਹੈ, ਮੈਂ ਹਜੇ ਉਹ ਵੀ ਕਰਨਾ ਹੈ, ਵੀ ਘਰ ਦੇ ਵੀ ਕੋਈ ਹੋਰ ਕੰਮ ਜਿਵੇਂ ਕੋਈ ਟੈਨਸ਼ਨ ਹੁੰਦੀ ਹੈ ਜਾਂ ਕੋਈ। ਕਹਿੰਦੇ ਜਦੋਂ ਫਿਰ ਮੈਂ ਟੈਨਸ਼ਨ ਲੈਣਾ ਛੱਡ ਦਿੰਦੀ ਸੀ ਨਾ, ਤਾਂ ਉਹ ਪਰਮਾਤਮਾ ਦੀ ਕਿਰਪਾ ਨਾਲ ਉਹ ਆਪਣੇ ਆਪ ਹੀ ਹੋ ਜਾਂਦੇ ਸਨ। ਕੋਈ ਦਫ਼ਤਰ ਦਾ ਕੰਮ, ਕੋਈ ਕਾਰੋਬਾਰ 'ਚ ਵਾਧਾ, ਕੋਈ ਘਾਟਾ ਪੈਂਦਾ, ਕਹਿੰਦੇ ਜਿਵੇਂ ਜ਼ਿਆਦਾ ਸੋਚਦੀ ਤਾਂ ਸਗੋਂ ਜ਼ਿਆਦਾ ਘਾਟਾ ਪੈਂਦਾ, ਅਤੇ ਕਹਿੰਦੀ ਪਰ ਜਦੋਂ ਮੈਂ ਨਹੀਂ ਸੋਚਦੀ ਤਾਂ ਕੋਈ ਘਾਟਾ ਵੀ ਨਹੀਂ ਪੈਂਦਾ, ਅਤੇ ਸਾਰੇ ਬਿਲਕੁਲ ਠੀਕ ਠਾਕ ਹੀ ਰਹਿੰਦਾ। ਦੇਖੋ ਵੀ ਜਦੋਂ ਹੁਣ ਬੰਦਾ ਆਪ ਟੈਨਸ਼ਨ ਲੈਂਦਾ ਹੈ ਨਾ ਕੰਮ ਦੀ ਕਿ ਹਾਏ ਮੈਂ ਕਰਨਾ ਨਹੀਂ, ਉਹ ਕੰਮ ਸਗੋਂ ਸਾਨੂੰ ਔਖਾ ਲੱਗੂਗਾ, ਅਤੇ ਉਹ ਕੰਮ ਹੋਊਗਾ ਵੀ ਬੜੀ ਦੇਰ ਨਾਲ। ਪਰ ਜੇ ਅਸੀਂ ਸੋਚੀਏ ਵੀ ਉਹ ਕੰਮ ਬਾਬਾ ਜੀ ਦੇ ਹੱਥ ਆਪਾਂ ਫੜਾ ਦਈਏ ਕਿ ਪਰਮਾਤਮਾ ਮੇਰਾ ਇਹ ਕੰਮ ਤੁਸੀਂ ਕਾਰਜ ਪੂਰਾ ਕਰਨਾ ਹੈ, ਅਤੇ ਇਹ ਤੁਸੀਂ ਹੀ ਕਰਨਾ ਹੈ, ਤਾਂ ਵੇਖਣਾ ਤੁਹਾਡਾ ਉਹ ਕੰਮ ਕਿੰਨੀ ਜਲਦੀ ਪੂਰਾ ਹੋਵੇਗਾ। ਇਹ ਤਜਰਬਾ ਹੈ, ਤੁਸੀਂ ਜੋ ਕੰਮ ਕਰਨਾ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ, ਤੁਸੀਂ ਉਹ ਕੰਮ ਦੀ ਅਰਦਾਸ ਬਾਬਾ ਜੀ ਅੱਗੇ ਕਰੋ, ਉਹ ਕੰਮ ਤੁਹਾਡਾ ਖੁਦ ਬ ਖੁਦ ਬਣ ਜਾਵੇਗਾ। ਇਸੇ ਗੱਲ ਤੋਂ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦੀ ਹਾਂ। ਇੱਕ ਵਾਰ ਇੱਕ ਕਹਿੰਦੇ ਇੱਕ ਸੰਨਿਆਸੀ ਸੀਗਾ, ਉਹ ਨਾ ਬਹੁਤ ਤਪੱਸਿਆ ਕਰਦਾ ਸੀ, ਬੜੀ ਜ਼ਿਆਦਾ ਤਪੱਸਿਆ ਕਰਦਾ ਸੀ। ਉਹਨੂੰ ਨਾ ਇੱਕ ਬੰਦੇ ਨੇ ਪੁੱਛਿਆ ਕਿ ਬਾਬਾ ਜੀ, ਮੈਂ ਤਾਂ ਕਦੇ ਕੋਈ ਪਾਪ ਵੀ ਨਹੀਂ ਕੀਤਾ, ਮੈਂ ਨਿੱਤ ਗੁਰਦੁਆਰਾ ਸਾਹਿਬ ਜਾਂਦਾ ਹਾਂ, ਮੈਂ ਆਪਣੇ ਕੰਮ ਕਾਜ ਕਰਕੇ ਫਿਰ ਮੈਂ ਗੁਰਦੁਆਰਾ ਸਾਹਿਬ ਜਾਂਦਾ ਹਾਂ, ਮੈਂ ਪਾਠ ਵੀ ਡੇਲੀ ਕਰਦਾ ਹਾਂ, ਅਤੇ ਮੈਂ ਉਸ ਕੰਮ ਦੀ ਅਰਦਾਸ ਵੀ ਪਰਮਾਤਮਾ ਅੱਗੇ ਕਹਿੰਦੇ ਮੈਂ ਰੋਜ਼ ਮੰਗਦਾ ਹਾਂ ਪਰਮਾਤਮਾ ਦੇ ਗੁਰਦੁਆਰਾ ਸਾਹਿਬ ਜਾ ਕੇ ਵੀ, ਮਤਲਬ ਮੈਂ ਪਰਮਾਤਮਾ ਦੇ ਅੱਗੇ ਹਰ ਰੋਜ਼ ਉਸ ਕੰਮ ਦੀ ਬੇਨਤੀ ਕਰਦਾ ਹਾਂ। ਤਾਂ ਉਸ ਸੰਨਿਆਸੀ ਨੇ ਬੜੇ ਹੀ ਪਿਆਰ ਨਾਲ ਉਸ ਬੰਦੇ ਨੂੰ ਜਵਾਬ ਦਿੱਤਾ ਕਿ ਵੇਖ ਬੰਦਿਆ, ਤੂੰ ਪਰਮਾਤਮਾ ਦੇ ਅੱਗੇ ਜਦੋਂ ਅਸੀਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਅਸੀਂ ਮੱਥਾ ਟੇਕਦੇ ਹਾਂ, ਤਾਂ ਦੇਖ ਕਈ ਲੋਕ ਹੁੰਦੇ ਹਨ ਜੋ ਪੰਜ ਪੰਜ ਦਸ ਦਸ ਮਿੰਟ ਤੱਕ ਅਰਦਾਸ 'ਚ ਪਤਾ ਨਹੀਂ ਕੀ ਕੁਝ ਮੰਗਦੇ ਨੇ, ਬੜੀਆਂ ਹੀ ਅਰਦਾਸਾਂ, ਬੜੀਆਂ ਹੀ ਆਪਣੇ ਕਾਰੋਬਾਰ ਪ੍ਰਤੀ ਅਰਦਾਸਾਂ ਕਰਦੇ ਨੇ, ਜੀ ਆਹ ਵੀ ਦੇ ਦਿਓ ਪਰਮਾਤਮਾ, ਜੀ ਮੈਨੂੰ ਆਹ ਵੀ ਦੇ ਦਿਓ, ਬਹੁਤ ਕਹਿੰਦੇ ਅਰਦਾਸਾਂ ਕਰਦੇ ਨੇ।
ਤੇ ਕਹਿੰਦੇ ਤੂੰ ਨਾ ਜਦੋਂ ਹੁਣ ਗੁਰਦੁਆਰਾ ਸਾਹਿਬ ਜਾਏਂਗਾ ਨਾ, ਤੂੰ ਕੁਝ ਨਾ ਬੋਲੀ, ਮੂੰਹ ਦੇ ਵਿੱਚ ਕੁਝ ਨਾ ਮੰਗੀ, ਬਸ ਪਰਮਾਤਮਾ ਦੇ ਅੱਗੇ ਸ਼ੁਕਰਾਨਾ ਕਰੀ ਤੇ ਚੁੱਪ ਚਾਪ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਕਹਿੰਦੇ ਬੈਠ ਜਾਇਆ ਕਰੀ। ਕਹਿੰਦੀ ਕਈ ਵਾਰ ਚੁੱਪ ਚੁਪੀਤੇ ਪਰਮਾਤਮਾ ਦੀ ਨਜ਼ਰ ਤੇਰੇ 'ਤੇ ਪੈ ਹੀ ਜਾਏਗੀ ਵੀ ਹਾਂ, ਬਹੁਤ ਲੋਕ ਨੇ ਜਿਹੜੇ ਮੂੰਹ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਿਨਤੀਆਂ ਕਰ ਕਰਕੇ ਬੋਲ ਬੋਲ ਕੇ ਵੀ ਪਰਮਾਤਮਾ ਵੀ ਉਹਨਾਂ ਵੱਲ ਧਿਆਨ ਦੇਵੇ, ਵੀ ਪਰਮਾਤਮਾ ਉਹਨਾਂ ਦੀ ਛੇਤੀ ਸੁਣੇ, ਪਰ ਨਹੀਂ, ਕਈ ਵੇਲੇ ਚੁੱਪ ਚੁਪੀਤੇ ਦੀ ਪਰਮਾਤਮਾ ਬਹੁਤ ਛੇਤੀ ਸੁਣ ਲੈਂਦਾ ਹੈ ਅਤੇ ਛੇਤੀ ਹੀ ਉਹਦੀ ਬਾਂਹ ਫੜ ਲੈਂਦੇ ਨੇ, ਇਹੋ ਜਿਹੇ ਦਿਆਲ ਪਿਤਾ ਪਰਮਾਤਮਾ। ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜੋ ਕਿ ਹਰ ਇੱਕ ਦੀ ਮਤਲਬ ਜਿਹੜੇ ਕਰਮ ਹੁੰਦੇ ਨਾ ਉਹਨਾਂ ਨੂੰ ਲਿਖਣ ਦੀ ਜ਼ਿੰਮੇਵਾਰੀ ਹੈ। ਕੀ ਪਤਾ ਨਹੀਂ ਸਾਡੀ ਕਿਸਮਤ 'ਚ ਕੀ ਲਿਖਿਆ ਹੋਇਆ, ਪਰਮਾਤਮਾ ਨੇ ਕੀ ਮਨਜ਼ੂਰ ਕੀਤਾ ਹੈ, ਕੋਈ ਬੁਰਾ ਕੰਮ, ਕੋਈ ਚੰਗਾ ਕੰਮ, ਕੋਈ ਵਧੀਆ, ਪਤਾ ਨਹੀਂ ਪਰਮਾਤਮਾ ਕਿਹੜੇ ਰੰਗਾਂ 'ਚ ਰਾਜੀ ਹੈ, ਇਹਦਾ ਅਸੀਂ ਕੁਛ ਇਹ ਨਹੀਂ ਕਹਿ ਸਕਦੇ। ਪਰ ਹਾਂ, ਜੇ ਤੁਹਾਡੇ ਵਿੱਚ ਉਹ ਗੁਣ ਹਨ ਨਾ ਪਰਮਾਤਮਾ ਨੂੰ ਪਾਉਣ ਵਾਲੇ, ਪਰਮਾਤਮਾ ਦਾ ਜੇ ਤੁਸੀਂ ਨਾਮ ਜਪਦੇ ਹੋ ਨਾ, ਉਹਦੀ ਵਡਿਆਈ ਕਰਦੇ ਹੋ, ਤਾਂ ਪੱਕਾ ਤੁਹਾਡੀ ਮਾੜੀ ਕਿਸਮਤ ਵੀ ਪਰਮਾਤਮਾ ਨੇ ਵਧੀਆ 'ਚ ਬਦਲ ਦੇਣੀ, ਚੰਗੇ ਕਰਮ ਕਰ ਦੇਣੇ। ਕਹਿੰਦੇ ਪਰਮਾਤਮਾ ਨੇ, ਉਹ ਭੈਣ ਕਹਿੰਦੇ ਦੱਸਦੇ ਆ ਕਿ ਵੀ ਮੈਂ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੀ, ਪਰ ਫਿਰ ਵੀ ਮੈਂ ਨਾ ਬਿਮਾਰ ਰਹਿੰਦੀ, ਵੀ ਮੇਰਾ ਸਰੀਰ ਬਹੁਤ ਹੀ ਦਰਦ ਕਰਦਾ, ਮੈਨੂੰ ਪਤਾ ਨਹੀਂ ਬਹੁਤ ਟੈਸਟ ਕਰਵਾਏ, ਕੁਝ ਵੀ ਨਾ ਆਉਂਦਾ ਉਹਨਾਂ ਵਿੱਚ, ਹਲਕੀ ਫੁਲਕੀ ਇਨਫੈਕਸ਼ਨ ਆ ਜਾਂਦੀ, ਕਦੀ ਕੁਛ ਆ ਜਾਂਦਾ, ਵੀ ਮੈਨੂੰ ਕੋਈ ਨਾ ਕੋਈ ਰੋਗ ਲੱਗਿਆ ਹੀ ਰਹਿਣਾ ਇੱਦਾਂ ਮਤਲਬ, ਅਤੇ ਮੇਰਾ ਸਰੀਰ ਵੀ ਠੀਕ ਨਾ ਰਹਿਣਾ, ਮੈਂ ਬਹੁਤ ਬਿਮਾਰ ਵੀ ਰਹਿਣਾ। ਕਹਿੰਦੇ ਕਿ ਪਰ ਫਿਰ ਵੀ ਮੈਂ ਆਪਣਾ ਨਿਤਨੇਮ ਨਹੀਂ ਸੀ ਛੱਡਦੀ। ਦੇਖੋ ਜਿਹੜਾ ਬੰਦਾ ਕਹਿੰਦਾ ਕਿ ਮੇਰੇ ਕੋਲ ਤੁਰ ਫਿਰ ਨਹੀਂ ਸਕਦਾ, ਮੈਂ ਘੱਟ ਤੁਰ ਫਿਰ ਸਕਦਾ, ਮੈਂ ਬਿਮਾਰ ਹਾਂ, ਦਵਾਈ ਦਾਰੂ ਚੱਲ ਰਹੀ ਹੈ ਉਹਦੀ, ਅਤੇ ਫਿਰ ਵੀ ਉਹ ਕਹਿੰਦੀ ਕਿ ਭੈਣ ਨੇ ਦੱਸਿਆ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਬਿਲਕੁਲ ਨਹੀਂ ਸੀ ਛੱਡਿਆ, ਮੈਂ ਬਿਲਕੁਲ ਵੀ ਗੁਰਦੁਆਰੇ ਦੇ ਕੰਮ ਤੋਂ ਬਿਲਕੁਲ ਨਹੀਂ ਸੀ ਝਿਜਕਦੀ, ਭਾਵੇਂ ਮੈਨੂੰ ਕੁਛ ਵੀ ਹੁੰਦਾ ਰਹੇ ਪਰ ਮੈਂ ਗੁਰਦੁਆਰਾ ਸਾਹਿਬ ਜਾਣਾ ਕਦੇ ਵੀ ਨਹੀਂ ਛੱਡਦੀ। ਦੇਖੋ ਕਹਿੰਦੇ ਹੈ ਨਾ ਕਿ ਪਰਮਾਤਮਾ ਦੇ ਘਰ ਜਾਂਦੇ ਹਾਂ, ਪਤਾ ਨਹੀਂ ਕੋਈ ਕਥਾ ਕਿਸ ਵੇਲੇ ਮਨ ਨੂੰ ਛੂਹ ਜਾਣੀ ਹੈ, ਕਿੰਨਾ ਬਦਲਾਵ ਆਪਣੇ ਵਿੱਚ ਆ ਜਾਣਾ ਹੈ। ਹਰ ਰੋਜ਼ ਜਾਂਦੇ ਹਾਂ, ਡੇਲੀ ਜਾਂਦੇ ਹਾਂ, ਪਤਾ ਨਹੀਂ ਕਿਸ ਦਿਨ ਦਾ ਸਤਸੰਗ ਤੁਹਾਡੀ ਜ਼ਿੰਦਗੀ ਦਾ ਬਹੁਤ ਹੀ ਵਧੀਆ ਹੋ ਜਾਣਾ ਹੈ, ਕਿ ਉਹਨੇ ਤੁਹਾਨੂੰ ਸ਼ਿਖਰਾਂ 'ਤੇ ਪਹੁੰਚਾ ਦੇਣਾ ਹੈ, ਉਹਨੇ ਤੁਹਾਡਾ ਉਹ ਦੁੱਖ ਦੂਰ ਕਰ ਦੇਣਾ ਹੈ, ਕੋਈ ਮਨੋਕਾਮਨਾ ਜਿਹੋ ਜਿਹੀ ਅਧੂਰੀ ਹੈ ਉਹ ਵੀ ਪੂਰੀ ਕਰ ਦੇਣੀ ਹੈ, ਇਹ ਤਾਂ ਉਹ ਰੱਬ ਨੂੰ ਹੀ ਪਤਾ ਹੈ। ਪਰ ਹਾਂ, ਤੁਸੀਂ ਆਪਣੀ ਡਿਊਟੀ ਜ਼ਰੂਰ ਨਿਭਾਇਆ ਕਰੋ, ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ, ਘਰ ਵਿੱਚ ਪਾਠ ਜ਼ਰੂਰ ਕਰਿਆ ਕਰੋ, ਜ਼ਿਆਦਾ ਤੁਸੀਂ ਨਹੀਂ ਕਰ ਸਕਦੇ, ਜਪਜੀ ਸਾਹਿਬ ਦਾ ਸਵੇਰ ਟਾਈਮ ਅਤੇ ਸ਼ਾਮ ਟਾਈਮ ਰਹਿਰਾਜ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ। ਬਾਕੀ ਚਲੋ ਆਪਣਾ ਮਨ ਹੈ, ਆਪਣੇ ਵਿਚਾਰ ਹਨ, ਕਿਸੇ ਨੇ ਕਿਵੇਂ ਕਰਨਾ ਹੈ, ਪਰ ਵਾਹਿਗੁਰੂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ, ਇੱਕ ਤਰ੍ਹਾਂ ਦੀ ਇਹ ਵੀ ਇੱਕ ਪ੍ਰਕਾਰ ਦੀ ਮੈਡੀਸਨ ਹੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ। ਤੁਸੀਂ ਮਨ ਸ਼ਾਂਤ ਕਰਨਾ ਹੈ ਨਾ, ਤਾਂ ਵਾਹਿਗੁਰੂ ਦਾ ਸਿਮਰਨ 5 ਵਾਰ ਕਰੋ, 5 ਮਿੰਟ ਕਰੋ, ਦੇਖਣਾ ਤੁਹਾਡਾ ਮਾਇੰਡ ਜੋ ਹੈ ਨਾ ਉਹ ਡਿਵੈਲਪਮੈਂਟ ਕਰੇਗਾ, ਤੁਹਾਡੇ ਮਾਇੰਡ 'ਚ, ਤੁਹਾਡੇ ਦਿਮਾਗ 'ਚ ਵਧੀਆ ਪੋਜ਼ਿਟਿਵ ਐਨਰਜੀ ਆਏਗੀ। ਜਦੋਂ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ, ਤੁਹਾਨੂੰ ਆਪਣੇ ਆਪ ਲੱਗਣਾ ਹੈ ਕਿ ਮੇਰਾ ਸਰੀਰ, ਯਾਨੀ ਕਿ ਮੇਰੇ ਸਰੀਰ 'ਚ ਜਿਹੜੀ ਊਰਜਾ ਭਰ ਰਹੀ ਹੈ ਉਹ ਮੇਰੇ ਵਾਹਿਗੁਰੂ ਭਰ ਰਹੇ ਨੇ, ਮੇਰਾ ਸਰੀਰ ਜੇ ਠੀਕ ਹੋ ਰਿਹਾ ਉਹ ਵੀ ਮੇਰੇ ਵਾਹਿਗੁਰੂ ਦੀ ਕਿਰਪਾ ਹੈ। ਕਦੇ ਕਰਕੇ ਵੇਖਣਾ, 5-10 ਮਿੰਟ ਅੱਖਾਂ ਬੰਦ ਕਰਕੇ ਇੱਕਦਮ ਸ਼ਾਂਤ ਸਥਾਨ 'ਤੇ ਬੈਠ ਕੇ ਵਾਹਿਗੁਰੂ ਦਾ ਜਾਪ ਕਰਕੇ ਵੇਖਣਾ ਜੀ, ਤਜਰਬਾ ਹੈ। ਕਹਿੰਦੇ ਕਿ ਉਹ ਭੈਣ ਚਲੋ ਬਿਮਾਰਨ ਦੇ ਵੀ
ਕਹਿੰਦੇ ਕਿ ਮੈਂ ਸੋਚਿਆ ਕਿ ਕਿਉਂ ਨਾ ਮੈਂ ਨਾ ਚੁਪਹਿਰਾ ਸਾਹਿਬ ਘਰੇ, ਚਲੋ ਮੈਂ ਇਕੱਲੀ ਹੁੰਦੀ ਹਾਂ ਘਰੇ ਤਾਂ ਨਹੀਂ ਕੱਟਿਆ ਮੈਂ ਕਦੇ, ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਜਾਣ ਬਾਰੇ ਸੋਚਿਆ। ਮੈਂ ਧੰਨ ਧੰਨ ਅਮਰ ਸ਼ਹੀਦ ਗੁਰਦੁਆਰਾ ਸਾਹਿਬ ਗਈ ਬਾਬਾ ਦੀਪ ਸਿੰਘ ਜੀ ਦੇ, ਕਹਿੰਦੇ ਉੱਥੇ ਮੈਂ ਜੋਤ ਲਿੱਤੀ ਅਤੇ ਜੋਤ ਦਾ ਘਿਓ ਲਿੱਤਾ ਘਰੇ ਵਾਸਤੇ, ਅਤੇ ਕਹਿੰਦੇ ਮੈਂ ਜੋਤ ਜਗਾਈ ਉੱਥੇ ਪਰਮਾਤਮਾ ਦੇ ਨਾਮ ਦੀ, ਜੋਤ 'ਚ ਘਿਓ ਪਾਇਆ, ਅਤੇ ਕਹਿੰਦੇ ਕਿ ਮੈਂ ਨਾ ਪ੍ਰਸ਼ਾਦ ਛਕਿਆ ਉੱਥੇ, ਲੰਗਰ ਪ੍ਰਸ਼ਾਦਾ ਛਕਿਆ, ਅਤੇ ਫਿਰ ਕਹਿੰਦੇ ਅਸੀਂ ਚੁਪਹਿਰਾ ਸਾਹਿਬ 'ਚ ਹਾਜ਼ਰੀ ਲਵਾਈ। ਕਹਿੰਦੀ ਕਿ ਮੈਂ 3-4 ਘੰਟੇ ਬੈਠੀ ਰਹੀ। ਮੈਂ ਇਹ ਵੀ ਸੋਚਦੀ ਰਹੀ ਕਿ ਹੁਣ ਮੈਂ ਕਿੱਦਾਂ ਬੈਠ ਸਕਾਂਗੀ, ਪਰ ਕਹਿੰਦੇ ਨਾ ਵਾਹਿਗੁਰੂ ਆਪ ਬਾਂਹ ਫੜ ਕੇ ਲੈ ਕੇ ਜਾਂਦਾ, ਜੇ ਤੁਸੀਂ ਗੁਰਦੁਆਰਾ ਸਾਹਿਬ ਵੱਲ ਥੋੜ੍ਹਾ ਜਿਹਾ ਵੀ ਧਿਆਨ ਕਰੋਗੇ ਤਾਂ ਰੱਬ ਅੱਗਿਓਂ ਲੈਣ ਆ ਜਾਂਦਾ ਆਪਣੇ ਬੱਚਿਆਂ ਨੂੰ ਵੀ, ਆ ਜਾ ਵੀ ਚੰਗੇ ਕੰਮਾਂ ਵੱਲ, ਨਹੀਂ ਤਾਂ ਮਾੜੇ ਕੰਮਾਂ ਵੱਲ ਤਾਂ ਦੁਨੀਆ ਹੀ ਭੱਜੀ ਫਿਰਦੀ ਹੈ, ਚੰਗੇ ਕੰਮਾਂ ਵੱਲ ਤਾਂ ਕੋਈ ਟਾਵਾਂ ਟਾਵਾਂ ਹੀ ਜਾਂਦਾ ਹੈ। ਵੱਡੇ ਭਾਗ ਹੁੰਦੇ ਨੇ ਉਹਨਾਂ ਲੋਕਾਂ ਦੇ ਜੋ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦੇ ਨੇ, ਨਹੀਂ ਤਾਂ ਗੁਰਦੁਆਰੇ ਦੀ ਕੰਧ ਨਾਲ ਘਰ ਹੋਣ ਦੇ ਬਾਵਜੂਦ ਵੀ ਲੋਕ ਸੁੱਤੇ ਹੀ ਰਹਿੰਦੇ ਨੇ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਵੱਡੇ ਭਾਗ ਹੁੰਦੇ ਹਨ ਉਹ ਗੁਰੂ ਦੇ ਪਿਆਰੇ, ਗੁਰੂ ਦੇ ਸਿੱਖ ਬਣ ਜਾਂਦੇ ਨੇ ਜੋ ਕਿ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹਨ। ਅਤੇ ਇਸ ਕਰਕੇ ਉਹ ਭੈਣ ਕਹਿੰਦੇ ਕਿ ਮੈਂ ਚਲੋ ਗੁਰਦੁਆਰਾ ਸਾਹਿਬ ਬੈਠੀ ਰਹੀ 3-4 ਘੰਟੇ, ਕਹਿੰਦੇ ਮੇਰੀ ਕਮਰ 'ਚ ਦਰਦ ਹੋਣ ਤਾਂ ਲੱਗਾ, ਕਹਿੰਦੇ ਮੈਂ ਉੱਥੇ ਵੀ ਇੱਕ ਖੁਰਾਕ ਖਾਧੀ। ਮੈਂ ਕਿਹਾ ਚਲੋ ਵਾਹਿਗੁਰੂ, ਮੈਂ ਤਾਂ ਤੁਹਾਡੇ ਦਰ ਅੱਗੇ ਆਈ ਹਾਂ, ਵੀ ਇਹੀ ਅਰਦਾਸ ਹੈ ਮੇਰੀ ਵਾਹਿਗੁਰੂ ਕਿ ਮੈਨੂੰ ਤੰਦਰੁਸਤ ਕਰੋ, ਮੇਰੀ ਬਿਮਾਰੀ ਛੁਡਾ ਦਿਓ, ਵੀ ਮਤਲਬ ਮੈਂ ਬਿਮਾਰ ਤੋਂ ਬਿਲਕੁਲ ਠੀਕ ਹੋ ਜਾ ਪਰਮਾਤਮਾ। ਮੈਂ ਤਾਂ ਤੇਰਾ ਪਾਠ ਵੀ ਕਦੇ ਖੁੰਝਣ ਨਹੀਂ ਦਿੱਤਾ, ਮੈਂ ਤਾਂ ਕਦੇ ਗੁਰਦੁਆਰਾ ਸਾਹਿਬ ਵੀ ਇੱਕ ਦਿਨ ਨਹੀਂ ਟੁੱਟਣ ਦਿੱਤਾ, ਚਾਹੇ ਜਿੰਨੇ ਮਰਜ਼ੀ ਬਿਮਾਰ ਹੋਵਾਂ, ਪਰ ਫਿਰ ਵੀ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੀ ਹਾਂ। ਦੇਖੋ ਪਰਮਾਤਮਾ ਵੀ ਉਸ 'ਤੇ ਮਿਹਰ ਕਰਦਾ ਹੈ, ਉਸ 'ਤੇ ਨਜ਼ਰ ਕਰਦਾ ਹੈ, ਜਿਸਦੇ ਜਦੋਂ ਪਰਮਾਤਮਾ ਦੀ ਖੁਦ ਦੀ ਉਹਦੇ 'ਤੇ ਨਿਗਾਹ ਸਵੱਲੀ ਹੋ ਜਾਵੇ ਨਾ, ਤਾਂ ਉਹ ਬੰਦਾ ਬਿਲਕੁਲ ਠੀਕ ਹੋ ਜਾਂਦਾ ਹੈ, ਤੰਦਰੁਸਤ ਹੋ ਜਾਂਦਾ ਹੈ। ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰੀਏ ਤਾਂ ਸਹੀ, ਅਰਦਾਸ ਦਾ ਢੰਗ ਤਾਂ ਸਿੱਖੀਏ, ਵੀ ਵਾਹਿਗੁਰੂ ਮੇਰਾ ਰਾਖਾ ਸਿਰਫ ਤੂੰ ਹੀ ਹੈ, ਮੇਰੀ ਮੱਤ ਬੱਤ ਦਾ ਰਾਖਾ ਵੀ ਤੂੰ ਹੀ ਹੈ, ਮੈਨੂੰ ਚੰਗੇ ਕੰਮ ਵੀ ਤੂੰ ਹੀ ਦੱਸਣੇ ਨੇ ਵਾਹਿਗੁਰੂ, ਸਭ ਕੁਛ ਤੂੰ ਹੀ ਦੱਸਣਾ ਹੈ, ਤੂੰ ਹੀ ਨਿਰੰਕਾਰ ਹੈ ਪਰਮਾਤਮਾ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਵਾਹਿਗੁਰੂ ਮੇਰਾ ਓਟ ਆਸਰਾ ਤੂੰ ਹੈ, ਅਤੇ ਜਿਹਦਾ ਓਟ ਆਸਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਣ ਜਾਣ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਤੁਹਾਨੂੰ ਕੋਈ ਭਾਵੇਂ ਕੁਝ ਵੀ ਬੋਲ ਕੇ ਚਲਾ ਜਾਵੇ, ਤੁਸੀਂ ਫਿਕਰ ਨਹੀਂ ਕਰਨੀ, ਕਿਉਂਕਿ ਤੁਹਾਡੇ ਸਿਰ 'ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਹੱਥ ਹੈ। ਕਦੇ ਵੀ ਕੋਈ ਫਿਕਰ ਨਾ ਕਰਿਆ ਕਰੋ, ਜੋ ਤੁਹਾਡੀ ਕਿਸਮਤ 'ਚ ਹੈ ਨਾ ਉਹ ਤੁਹਾਨੂੰ ਹੀ ਮਿਲਣਾ ਹੈ, ਉਹ ਕਿਸੇ ਦੂਜੇ ਨੂੰ ਕਦੇ ਵੀ ਨਹੀਂ ਮਿਲ ਸਕਦਾ, ਕਿਉਂਕਿ ਜੋ ਤੇਰੀ ਕਿਸਮਤ ਦਾ ਹੈ ਉਹ ਵਾਹਿਗੁਰੂ ਨੇ ਪਹਿਲਾਂ ਹੀ ਤੇਰੀ ਕਿਸਮਤ 'ਚ ਲਿਖ ਦਿੱਤਾ ਹੈ, ਅਤੇ ਜੋ ਅੱਗਿਓਂ ਤੈਨੂੰ ਮਿਲਣਾ ਹੈ ਉਹ ਤੇਰੀ ਖੁਦ ਦੇ ਪਾਠ, ਤੇਰੇ ਗਿਆਨ ਅਤੇ ਕਥਾ ਸੁਣਦਾ ਹੈ, ਧਿਆਨ ਨਾਲ ਸੁਣਦਾ ਹੈ, ਉਹਨਾਂ ਗੱਲਾਂ 'ਤੇ ਗੌਰ ਕਰਦਾ ਹੈ, ਵਾਹਿਗੁਰੂ ਦਾ ਨਾਮ ਜਪਦਾ ਹੈ ਨਾ। ਅੱਗੇ ਵਾਲੇ ਲੇਖ, ਅੱਗੇ ਵਾਲੇ ਕਰਮ ਤਾਂ ਬਾਬਾ ਜੀ ਨੇ ਖੁਦ ਹੀ ਬਣਾਉਣੇ ਨੇ ਤੇਰੇ। ਵੇਖੀ ਕਿੰਨੇ ਕੁ ਵੱਡਿਆਂ ਭਾਗਾਂ ਵਾਲੇ ਹਾਂ ਅਸੀਂ, ਜੋ ਕਿ ਸਾਨੂੰ ਗੁਰਦੁਆਰਾ ਸਾਹਿਬ ਜਾਣਾ ਮਿਲਦਾ ਹੈ, ਜੋ ਕਿ ਰਾਤ ਨੂੰ ਸੁੱਤੇ ਹਾਂ ਸਵੇਰੇ ਫਿਰ ਅੱਖ ਖੁੱਲ੍ਹੀ ਹੈ, ਨਵੀਂ ਸਵੇਰ ਵੇਖੀ ਹੈ, ਇਹ ਵੀ ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ। ਨਹੀਂ ਤਾਂ ਸਾਜਰੇ ਤੜਕੇ 5 ਵਜੇ 4 ਵਜੇ ਕੋਈ ਵਿਰਲਾ ਹੀ ਉੱਠਦਾ ਹੈ, ਕੋਈ ਵਿਰਲਾ ਹੀ ਹੈ ਜਿਸ ਨੂੰ ਕਿ ਭਗਤੀ ਦੀ ਲਗਨ ਲੱਗੀ ਹੁੰਦੀ ਹੈ, ਵੀ ਮੈਂ ਉੱਠਣਾ ਹੈ, ਮੈਂ ਭਗਤੀ ਕਰਨੀ ਹੈ, ਮੈਂ ਆਪਣੇ ਵਾਹਿਗੁਰੂ ਨੂੰ ਖੁਸ਼ ਕਰਨਾ ਹੈ ਸਿਰਫ, ਨਹੀਂ ਤਾਂ ਬਾਕੀ ਸੁੱਤੇ ਹੀ ਰਹਿ ਜਾਂਦੇ ਨੇ, ਸਿਰਫ ਕੰਮ 'ਤੇ ਜਾਣ ਵਾਸਤੇ ਸਿਰਫ ਉੱਠਣਾ,
ਖਾਣਾ ਪੀਣਾ ਸੋਣਾ, ਇੰਨਾ ਕੁ ਹੀ ਜ਼ਿੰਦਗੀ ਰਹਿ ਗਈ ਹੈ। ਅਤੇ ਜੇ ਤੁਸੀਂ ਰੱਬ ਦਾ ਨਾਮ ਲੈ ਕੇ ਜ਼ਿੰਦਗੀ ਗੁਜ਼ਾਰੋ ਤਾਂ ਜ਼ਿਆਦਾ ਵਧੀਆ ਲੰਘਦੀ ਹੈ। ਪਾਠ ਕਰਨ ਨੂੰ ਸਮਾਂ ਨਹੀਂ ਹੈ, ਚਲੋ 10-15 ਮਿੰਟ ਵਾਹਿਗੁਰੂ ਦਾ ਨਾਮ ਉੱਦਾਂ ਹੀ ਜਪ ਲਿਆ ਕਰੋ ਜੀਵਾਂ ਨਾਲ, ਤਾਂ ਕਿ ਤੁਹਾਡੇ ਅੰਦਰ ਤਾਂ ਵਾਹਿਗੁਰੂ ਦਾ ਪ੍ਰਵੇਸ਼ ਹੋਵੇ, ਤੁਹਾਡੇ ਅੰਦਰ ਮੂਲ ਮੰਤਰ ਦੀ ਸ਼ਕਤੀ ਜਾਵੇ, ਕਿਉਂਕਿ ਮੂਲ ਮੰਤਰ ਸਭ ਤੋਂ ਵੱਡਾ ਮੰਤਰ ਹੈ, ਜੋ ਕਿ ਜਿਸ ਨੂੰ ਕਿ ਤੁਸੀਂ ਇੱਕ ਵਾਰ ਸਿੱਧ ਕਰ ਲੈਣਾ, ਇੱਕ ਵਾਰ ਜਪਣਾ ਸ਼ੁਰੂ ਕਰ ਦਿੱਤਾ, ਤੁਹਾਡੀ ਵੱਡੀ ਤੋਂ ਵੱਡੀ ਮੁਸੀਬਤ ਦੂਰ ਕਰਦਾ ਹੈ। ਇਸ ਕਰਕੇ ਉਹ ਭੈਣ ਕਹਿੰਦੇ ਮੈਂ ਘਰ ਆਈ, ਕਹਿੰਦੇ ਮੈਂ ਨਾ ਉੱਥੋਂ ਜੋਤ ਤੋਂ ਥੋੜ੍ਹਾ ਜਿਹਾ ਘਿਓ ਲਿਆਈ ਸੀ, ਮੈਂ ਘਰ ਆ ਕੇ ਹੋਰ ਥੋੜ੍ਹਾ ਜਿਹਾ ਉਹਦੇ ਵਿੱਚ ਮਿਕਸ ਕਰ ਲਿਆ, ਅਤੇ ਉਹ ਮੈਂ ਰੋਜ਼ ਆਪਣੇ ਸਰੀਰ ਨੂੰ ਲਗਾਉਣਾ ਕਰਨਾ, ਮੈਨੂੰ ਇੰਝ ਲੱਗਣਾ ਕਰਨਾ ਵੀ ਮੇਰਾ ਸਰੀਰ ਇੱਕਦਮ ਫੁੱਲ ਵਰਗਾ ਹੋ ਗਿਆ ਹੈ। ਥੋੜ੍ਹਾ ਚਿਰ ਮੈਂ ਐਵੇਂ ਹੀ ਕੀਤਾ, ਫਿਰ ਕਹਿੰਦੇ ਰੋਜ਼ਾਨਾ ਮੇਰੀ ਰੂਟੀਨ ਬਣ ਗਈ, ਜਦੋਂ ਵੀ ਮੈਂ ਗੁਰਦੁਆਰਾ ਸਾਹਿਬ ਜਾਣਾ ਉੱਥੇ ਜੋਤ ਦੇ ਅੱਗੇ ਮੱਥਾ ਟੇਕ ਕੇ ਅਤੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਨੀ, ਵਾਹਿਗੁਰੂ ਸਾਡੇ ਦੁੱਖਾਂ ਤਕਲੀਫਾਂ ਨੂੰ ਦੂਰ ਕਰੀ, ਇਕੱਲਾ ਮੇਰੇ ਨਹੀਂ ਵਾਹਿਗੁਰੂ ਸਰਬਤ ਦਾ ਭਲਾ ਕਰੀ, ਸਭ ਦੇ ਦੁੱਖਾਂ ਕਲੇਸ਼ਾਂ ਨੂੰ ਦੂਰ ਕਰੀ। ਜਦੋਂ ਅਸੀਂ ਇਹੋ ਜਿਹੀ ਅਰਦਾਸ ਕਰਾਂਗੇ ਨਾ ਤਾਂ ਵਾਹਿਗੁਰੂ ਸਾਡੀ ਅਰਦਾਸ ਜ਼ਰੂਰ ਸੁਣਦੇ ਨੇ। ਕਹਿੰਦੇ ਹੁਣ ਮੈਂ ਬਿਲਕੁਲ ਤੰਦਰੁਸਤ ਹੋ ਗਈ ਹਾਂ, ਕਹਿੰਦੇ ਕਿ ਮੇਰੇ ਕੋਲ ਲਿਖ ਕੇ ਲੈ ਲਓ, ਗਰੰਟੀ ਹੈ ਕਿ ਵਾਹਿਗੁਰੂ ਜੇ ਤੁਸੀਂ ਸੱਚੇ ਮਨ ਨਾਲ ਅਰਦਾਸ ਕੀਤੀ ਹੈ ਨਾ ਵਾਹਿਗੁਰੂ ਅੱਗੇ ਨਿਮਾਣੇ ਨਿਤਾਣੇ ਹੋ ਕੇ ਕਿ ਹੇ ਪਰਮਾਤਮਾ ਮੇਰਾ ਸਿਰਫ਼ ਤੂੰ ਹੀ ਹੈ, ਤੂੰ ਹੀ ਮੇਰਾ ਰਾਖਾ ਹੈ, ਤੂੰ ਹੀ ਮੇਰੀ ਨਿਮਾਣੀ ਦੀ ਮਾਣ ਹੈ, ਤੇਰੇ 'ਤੇ ਮੈਨੂੰ ਮਾਣ ਹੈ ਪਰਮਾਤਮਾ, ਬਸ ਮੈਂ ਇਹੀ ਚਾਹੁੰਦੀ ਹਾਂ ਕਿ ਸਰਬਤ ਦਾ ਭਲਾ ਹੋਵੇ ਅਤੇ ਤੁਹਾਡਾ ਭਲਾ ਜ਼ਰੂਰ ਹੋਵੇਗਾ, ਕਿਉਂਕਿ ਪਰਮਾਤਮਾ ਸ਼ੁਰੂ ਹੀ ਤੁਹਾਡੇ ਤੋਂ ਕਰੇਗਾ। ਅਤੇ ਕਹਿੰਦੇ ਆ ਨਾ ਕਿ ਕਈ ਲਾਲਚੀ ਹੁੰਦੇ ਆ ਕਿ ਪਰਮਾਤਮਾ ਮੈਨੂੰ ਹੀ ਸਭ ਕੁਝ ਦੇ, ਮੈਨੂੰ ਹੀ ਸਭ ਕੁਝ ਦੇ, ਐਵੇਂ ਕੁਛ ਨਹੀਂ ਹੁੰਦਾ। ਆਪਣੇ ਅੰਦਰ ਦੀ ਹੀਣ ਭਾਵਨਾ ਨੂੰ ਖਤਮ ਕਰਕੇ ਸਰਬਤ ਦਾ ਭਲਾ ਮੰਗਿਆ ਕਰੋ, ਤੁਹਾਡਾ ਭਲਾ ਆਟੋਮੈਟਿਕ ਹੀ ਪਰਮਾਤਮਾ ਨੇ ਕਰ ਦੇਣਾ ਹੈ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਇਆ ਕਰੋ, ਕਿਉਂਕਿ ਉੱਥੋਂ ਬਹੁਤ ਵੱਡਮੁੱਲੀਆਂ ਦਾਤਾਂ ਮਿਲਦੀਆਂ ਨੇ। ਚੁਪਹਿਰਾ ਸਾਹਿਬ ਕੱਟਣ ਨਾਲ ਹਰ ਦੁੱਖ ਤਕਲੀਫ ਬਿਮਾਰੀ ਦਰਿਦਰਤਾ ਦੂਰ ਹੁੰਦੀ ਹੈ, ਮਨ ਵਿੱਚ ਇੱਕ ਨਵੀਂ ਚਾਹਤ ਹੁੰਦੀ ਹੈ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਹੈ ਤਾਂ ਇੱਕ ਵਾਰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਇਓ ਅਤੇ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ ਜ਼ਰੂਰ ਕਰਿਓ, ਤੁਹਾਡੀ ਹਰੇਕ ਦੁੱਖ ਬਿਮਾਰੀ ਦੀ ਤਕਲੀਫ ਦੇ ਉੱਥੇ ਦੂਰ ਹੋਣਗੇ, ਕਿਉਂਕਿ ਹਰ ਮੰਦਰ ਹਰੀ ਕਾ ਮੰਦਰ ਭਗਤੀ ਦਾ ਘਰ, ਉੱਥੇ ਹਰ ਵੇਲੇ ਕੀਰਤਨ ਪਾਠ ਚੱਲਦੇ ਹੀ ਰਹਿੰਦੇ ਨੇ, ਜਿਸ ਨਾਲ ਕਿ ਤੁਹਾਡੇ ਮਨ ਤੁਹਾਡੇ ਸਰੀਰ ਨੂੰ ਤੰਦਰੁਸਤੀ ਮਿਲੇਗੀ। ਕਹਿੰਦੇ ਆ ਨਾ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।